ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪੇਟਪਤਨ ਤੋਂ ਪ੍ਰਧਾਨ ਸਕੱਤਰ ਸਿੰਘ ਦੇ ਬੇਟੇ ਅੰਮ੍ਰਿਤਪਾਲ ਸਿੰਘ ਦੀ ਕੈਲੀਫੋਰਨੀਆ ਅਮਰੀਕਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ 30 ਸਾਲਾ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੇ ਭਰਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਰਾ ਅੰਮ੍ਰਿਤਪਾਲ ਸਿੰਘ ਕਰੀਬ 8 ਸਾਲ ਪਹਿਲਾਂ ਕੈਲੀਫੋਰਨੀਆ ਅਮਰੀਕਾ ਵਿੱਚ ਗਿਆ ਸੀ ਜਿੱਥੇ ਉਹ ਸਟੋਰ ਤੇ ਕੰਮ ਕਰਦਾ ਸੀ। ਉਸ ਤੋਂ ਬਾਅਦ ਉਸਨੇ ਆਪਣਾ ਡਰਾਈਵਿੰਗ ਲਾਇਸੈਂਸ ਬਣਾ ਕੇ ਟਰਾਲਾ ਚਲਾਉਣਾ ਸ਼ੁਰੂ ਕਰ ਦਿੱਤਾ ਤੇ ਟਰਾਲੇ ਦਾ ਵੀ ਨੁਕਸਾਨ ਹੋਣ ਤੋਂ ਬਾਅਦ ਉਹ ਫਿਰ ਦੁਬਾਰਾ ਫਿਰ ਸਟੋਰ ਤੇ ਹੀ ਕੰਮ ਕਰਨ ਲੱਗ ਪਿਆ ਜਿਸ ਦਾ ਕੈਲੀਫੋਰਨੀਆ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਿਸ ਸੰਬੰਧੀ ਉਹਨਾਂ ਨੂੰ ਕਰੀਬ ਬੀਤੀ ਰਾਤ 2 ਵਜੇ ਫੋਨ ਆਇਆ ਕਿ ਪਤਾ ਲੱਗਾ ਕਿ ਉਹਨਾਂ ਦੇ ਭਰਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉੱਧਰ ਦੂਜੇ ਪਾਸੇ ਪਰਿਵਾਰ ਦੇ ਨਾਲ ਇਸ ਸਦਮੇ ਦੀ ਅਸਹਿਗਮੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਮੁੱਚੇ ਕਿਸਾਨਾਂ ਨੇ ਪਰਿਵਾਰ ਦੇ ਨਾਲ ਦੁੱਖ ਦਾ ਇਜ਼ਹਾਰ ਕੀਤਾ। ਪਰਿਵਾਰ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਲੀ, ਸਲਾਹਕਾਰ ਗੁਰਬਚਨ ਸਿੰਘ, ਬਲਾਕ ਪ੍ਰਧਾਨ ਸਤਨਾਮ ਸਿੰਘ ਕੋਟ ਓਡਰਮਲ, ਹਰਦੀਪ ਸਿੰਘ ਨਾਨੋਵਾਲੀਆ ਅਜਮੇਰ ਸਿੰਘ, ਪ੍ਰੈਸ ਸਕੱਤਰ ਜਗਤਾਰ ਸਿੰਘ ਸੰਧੂ, ਰਣਜੋਤ ਸਿੰਘ ਡੇਹਰੀਵਾਲ, ਹਰਦੇਵ ਸਿੰਘ ਕੂਟਾਂ, ਬਲਜਿੰਦਰ ਸਿੰਘ ਕੂਟਾਂ ਅਤੇ ਸਮੁੱਚੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਮੁੱਚੀ ਜਥੇਬੰਦੀ ਅਤੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਮ੍ਰਿਤਕ ਬੇਟੇ ਅੰਮ੍ਰਿਤਪਾਲ ਸਿੰਘ ਦੀ ਡੈੱਡ ਬੋਡੀ ਨੂੰ ਵਿਦੇਸ਼ ਤੋਂ ਪਿੰਡ ਲਿਆਂਦਾ ਜਾਵੇ। ਦੱਸਿਆ ਜਾ ਰਿਹਾ ਕਿ ਮ੍ਰਿਤਕ ਅੰਮ੍ਰਿਤਪਾਲ ਸਿੰਘ 3 ਭਰਾ ਹਨ, ਜਿਨ੍ਹਾਂ ਵਿੱਚੋਂ ਇੱਕ ਭਰਾ ਆਸਟ੍ਰੇਲੀਆ ਜਤਿੰਦਰ ਸਿੰਘ ਅਤੇ ਦੂਸਰਾ ਭਰਾ ਪਰਮਿੰਦਰ ਸਿੰਘ ਜੋ ਕਿ ਘਰ ਖੇਤੀਬਾੜੀ ਕਰਦਾ ਹੈ ਅਤੇ ਉਹਨਾਂ ਦੇ ਪਿਤਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਭੇਟ ਪਤਨ ਸਕੱਤਰ ਸਿੰਘ ਅਤੇ ਉਹਨਾਂ ਦੀ ਮਾਤਾ ਦੀ ਕਰੀਬ 2 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਇੱਕ ਉਹਨਾਂ ਦੀ ਭੈਣ ਜੋ ਕਿ ਵਿਆਹੀ ਹੋਈ ਹੈ। ਆਓ ਅਸੀਂ ਗੱਲਬਾਤ ਕਰਦੇ ਹਾਂ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੇ ਪਿਤਾ ਦੇ ਨਾਲ ਅਤੇ ਕਿਸਾਨ ਆਗੂਆਂ ਦੇ ਨਾਲ। ਦੇਖਦੇ ਰਹੋ ਆਲ ਇੰਡੀਆ 24 ਨਿਊਜ਼ ਕਾਦੀਆਂ ਤੋਂ ਗੁਰਪ੍ਰੀਤ ਸਿੰਘ ਦੇ ਨਾਲ। ਆਲ ਇੰਡੀਆ 24 ਨਿਊਜ਼ ਕਾਦੀਆਂ ਤੋਂ ਗੁਰਪ੍ਰੀਤ ਸਿੰਘ ਦੇ ਨਾਲ। ਸਕੱਤਰ ਸਿੰਘ ਪਿੰਡ ਭੇਟ ਪਤਨਾ, ਅਸੀਂ ਇੱਥੋਂ ਮਾੜੇ ਆਪਣੇ ਰੁਜ਼ਗਾਰ ਦਾ ਕਰਕੇ ਅਸੀਂ ਬੱਚਾ ਜਿਹੜਾ ਸੀ ਉਹ ਭੇਜਿਆ ਸੀ ਆਪਾਂ ਬਾਹਰਲੇ ਵਿਦੇਸ਼ 'ਚ 13 ਦੇ ਵਿੱਚ ਗਿਆ ਸੀ। ਉਹ ਜਿਹੜੀਆਂ ਬੜੀਆਂ ਤਕੜੀਆਂ ਸਾਨੂੰ ਬੱਚੇ 'ਤੇ ਆਸਾਂ ਸੀਗੀਆਂ, ਉਹ ਆਸਾਂ ਸਾਡੀਆਂ 'ਚ ਪਾਣੀ ਫਿਰਦਾ ਉਹ ਦਿਸਣ ਦਿਆ, ਬੱਚਾ ਆਪਣਾ ਉੱਥੇ ਚੰਗੀ ਰੋਟੀ ਅਸੀਂ ਕਹਿੰਦੇ ਹਾਂ ਚਲੋ ਕਮਾਊਗਾ, ਕੋਈ ਸਾਨੂੰ ਦਊਗਾ, ਕੋਈ ਸਾਡੇ ਆਉਣ ਵਾਲਾ ਭਵਿੱਖ ਜਿਹੜਾ ਚੰਗਾ ਹੋਊਗਾ, ਪਰ ਉਹਦੇ ਤੋਂ ਵੀ ਸਾਨੂੰ ਆਸਾਂ ਜਿਹੜੀਆਂ ਉਹ ਟੁੱਟ ਚੁੱਕੀਆਂ। ਉਹਦਾ ਐਕਸੀਡੈਂਟ ਜਿਹੜਾ ਉਹ ਅਮੈਰੀਕਾ ਦੇ ਵਿੱਚ ਹੋ ਗਿਆ ਹੈ ਅਤੇ ਇਸ ਕਰਕੇ ਆਪਾਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਜਿਹੜੀ ਆ ਪੰਜਾਬ ਸਰਕਾਰ ਸੈਂਟਰ ਸਟਾਰ ਆ ਕੇ ਡੈੱਡ ਬੋਡੀ ਆ ਉਹ ਆਪਣੀ ਬਚਾਈ ਜਾਵੇ। ਅਸੀਂ ਬੱਚੇ ਦਾ ਕੋਈ 8 ਸਾਲ ਬਾਅਦ ਉਹਦਾ ਮੂੰਹ ਦੇਖਦੇ ਹਾਂ, ਸਰਕਾਰ ਅੱਗੇ ਆਪਾਂ ਬੇਨਤੀ ਕਰਦੇ ਹਾਂ ਬੱਚੇ ਦੀ ਡੈੱਡ ਬੋਡੀ। ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਡੇ ਬੱਚੇ ਦੀ ਮੌਤ ਹੋਈ? ਉੱਥੇ ਜਿੱਥੇ ਕੰਮ ਕਰਦੇ ਸੀਗੇ ਉੱਥੇ ਫੋਨ ਆਇਆ ਉਹਨਾਂ ਦਾ ਮਾਲਕ ਦਾ ਕਿ ਇੱਦਾਂ ਜਿਹੜੇ ਬੱਚੇ ਦੋ ਕੰਮ ਮੇਰੇ ਕੋਲ ਕਰਦੇ ਸੀਗੇ ਉਹਨਾਂ ਦੀ ਉਦੋਂ ਉਹਨਾਂ ਐਕਸੀਡੈਂਟ ਹੋ ਚੁੱਕਿਆ। ਅਜੇ ਉਦੋਂ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਡੈੱਥ ਹੋਈ ਆ ਕਿ ਉੱਦਾਂ ਐਕਸੀਡੈਂਟ ਹੋਇਆ। ਫਿਰ ਅਗਲੇ ਦਿਨ ਕੁਛ ਰਿਸ਼ਤੇਦਾਰ ਉੱਥੇ ਹੈਗੇ ਸੀ, ਉਹਨਾਂ ਨੂੰ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਅਤੇ ਫਿਰ ਉਹਨਾਂ ਜਾ ਕੇ ਦੇਖਿਆ ਉਹ ਬੱਚਾ ਸਾਡਾ ਅੰਮ੍ਰਿਤਪਾਲ ਸਿੰਘ ਜੀ ਦਾ ਉਹ ਪੇਟ ਪਤਨ ਦਾ ਹੀ ਆਪਣਾ ਹੀ ਬੱਚਾ ਸੀ ਅਤੇ ਉਸ ਕਾਰਨ ਸਾਨੂੰ ਪਤਾ ਲੱਗਾ। ਕਿੰਨਾ ਚਿਰ ਹੋ ਗਿਆ ਬੱਚੇ ਨੂੰ ਗਏ? 8 ਸਾਲ ਹੋ ਗਏ, 13 ਦਾ ਗਿਆ ਜੀ, 8 ਸਾਲ ਹੋ ਗਏ। ਬੜੇ ਔਖੇ ਭੇਜਿਆ ਉਹਦਾ, ਬੜੀਆਂ ਆਸਾਂ ਸੀਗੀਆਂ, ਉਹ ਸਾਰੀਆਂ ਆਸਾਂ ਤੋਂ ਜਿਹੜਾ ਉਹ ਪਾਣੀ ਡਿੱਗ ਗਿਆ, ਬੱਚੇ ਦਾ ਡੈੱਥ ਹੋ ਗਈ। ਬਹੁਤ ਦੁੱਖ ਵਾਲੀ ਗੱਲ ਆ। ਸਾਡੀ ਜਥੇਬੰਦੀ ਦੇ ਜ਼ਿਲ੍ਹਾ ਆਗੂ ਦਾ ਬੇਟਾ ਹੈ ਦਸਵੰਤ ਡੇਕਾ ਦੇ ਵਿੱਚ ਆਪਣੀ ਮੁੱਖੀ ਰੋਟੀ ਕਮਾਉਣ ਵਾਸਤੇ ਗਿਆ ਸੀ ਕੁਛ ਸਮਾਂ ਪਹਿਲਾਂ, ਜਿਹਦੀ ਕੱਲ੍ਹ ਐਕਸੀਡੈਂਟ ਦੇ ਨਾਲ ਮੌਤ ਹੋ ਗਈ। ਅਸੀਂ ਮੰਗ ਕਰਦੇ ਹਾਂ ਕਿ ਜਿਹੜੀਆਂ ਇੱਥੋਂ ਦੀਆਂ ਸਰਕਾਰਾਂ ਜਿਵੇਂ ਦੀਆਂ ਉਹ ਪਾਲਸੀਆਂ ਲੈ ਕੇ ਆ ਰਹੀ ਹੈ, ਅੱਜ ਸਾਡੇ ਇਸ ਭੇਟ ਪੱਤਨ ਦੇ ਵਿੱਚ ਬੇਟੇ ਦੀ ਜਿਹੜੀ ਉੱਥੇ ਵਿਦੇਸ਼ ਦੇ ਵਿੱਚ ਮੌਤ ਹੋ ਗਈ ਆ, ਲਗਾਤਾਰ ਇਹ ਵਰਤਾਰਾ ਜਿਹੜਾ ਇੰਡੀਆ ਦੇ ਵਿੱਚ ਵਾਪਰ ਰਿਹਾ ਕਿਉਂਕਿ ਇੱਥੋਂ ਦੀ ਸਰਕਾਰ ਨੇ ਪੋਲਸੀਆਂ ਇੱਦਾਂ ਦੀਆਂ ਲੈਣ ਦੀਆਂ ਕਿ ਇੱਥੇ ਜਿਹੜਾ ਅੱਜ ਦੇ ਬੱਚਿਆਂ ਦਾ ਰੁਜ਼ਗਾਰ ਹੈ ਉਹ ਸਾਰਾ ਖਤਮ ਹੋ ਰਿਹਾ। ਜੇ ਮਾੜਾ ਮੋਟਾ ਹੈਗਾ ਵੀ ਆ ਤਾਂ ਉਹ 6-7 ਹਜ਼ਾਰ ਰੁਪਈਏ ਵਾਲਾ ਰੁਜ਼ਗਾਰ ਆ ਜਿਹਦੇ ਨਾਲ ਅੱਜ ਕੱਲ੍ਹ ਉਹ ਆਪਣੀ ਰੋਜ਼ੀ ਰੋਟੀ ਨਹੀਂ ਪੂਰੀ ਕਰ ਸਕਦਾ।
इस करके वो अपनी रोटी रोटी पूरी करने वास्ते अपना जो इतों का किला हैगा जहाँ लोन चुक के विदेशों से अपने बच्चों को भेज रहे हैं कि साड़ी जी आर्थिक हालत जी सौखी हो पर अज वर्तारा ए वापर रहा कि असं अपने बेटियां का मूँह नहीं देख सकते। आज थोड़े दिन ही हुए 25 फरवरी मेरे फतेहगढ़ चुनिया भी जथेबंदी के परिवार के एको एक उन्होंने बेटा से जी की जन्मों के मौत हो गई अटैक के नाल वो भी रोजी रोटी कमा गया तो उन्होंने भी डेड बॉडी जी बहुत लंबा समा परिवार को बरलाप करना पड़ा से एक महीने बाद डेड बॉडी आई। असी मंग करते हैं कि घट्टो घट्ट अपना जी छोटी पॉलिसियां कि सरकार यही लैके आए कि साढ़े बेटे जोड़े आपू इत इंडिया के रुजगार मिले यहोजी माँ प्यो न किसी के नाल भी घटना ना वापरे कि वह जो बेटा जोड़ा मतलब बहुत सुखना के नाल लिया हों बड़ी मुश्किल के नाल बेटिया पालिया जाता वा तो उ मतलब अपने बेटे जोड़े आ साढ़े हाथों को ना जान सू रुजगार इतनी मतलब दिता जाए इस करके असी मंग करते भारत सरकार को कि साढ़े जोड़े बेटे की सुखत्तर सिंह के बेटे की अमरीका के एक्सीडेंट में मौत हो गई उनकी डेड बॉडी जी है फौरी कार्रवाई करके तो इतने परिवार को सौंपी जाए ता कि परिवार जरा बरलाप के इस वे उन्होंने हौसला हो सके कि साड़ी मतलब डेड बॉडी आ गई है इस करके असं भारत सरकार को मंग करते हैं कि साढ़े बेटे की जी डेड बॉडी जल्दी तो जल्दी जी।